ਤਾਂ ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਖਾਟੂ ਸ਼ਾਮ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਵਿੱਚ ਇੱਕ 16 ਸਾਲ ਦੇ ਬੱਚੇ ਸਮੇਤ ਟਰੈਕਟਰ ਚਾਲਕ ਦੀ ਵੀ ਮੌਤ ਹੋ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ 35 ਦੇ ਕਰੀਬ ਇਹ ਲੋਕ ਸਵੇਰੇ 6 ਵਜੇ ਖਾਟੂ ਸ਼ਾਮ ਧਾਮ ਦੇ ਲਈ ਪੈਦਲ ਨਿਕਲਦੇ ਨੇ, ਤਾਂ ਨਾਲ ਹੀ ਇੱਕ ਟਰੈਕਟਰ ਟਰਾਲੀ ਵੀ ਲੈ ਕੇ ਨਿਕਲਦੇ ਨੇ, ਜਿਸ ਦੇ ਵਿੱਚ ਬੱਚੇ, ਮਹਿਲਾਵਾਂ ਅਤੇ ਥੱਕਣ ਤੋਂ ਬਾਅਦ ਲੋਕ ਆਰਾਮ ਕਰ ਸਕਣ, ਤਾਂ ਇਸ ਲਈ ਇਹ ਟਰੈਕਟਰ ਟਰਾਲੀ ਨੂੰ ਵੀ ਨਾਲ ਲੈ ਕੇ ਚੱਲਦੇ ਨੇ। ਤਾਂ ਕਾਫੀ ਲੰਬੇ ਸਫ਼ਰ ਤੋਂ ਬਾਅਦ ਜਦ ਟਰੈਕਟਰ ਟਰਾਲੀ ਦੇ ਵਿੱਚ ਲੋਕ ਬੈਠ ਜਾਂਦੇ ਨੇ, ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਇਸ ਦੇ ਵਿੱਚ 2 ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੇ ਵਿੱਚ ਇੱਕ 16 ਸਾਲ ਦਾ ਬੱਚਾ ਅਤੇ ਟਰੈਕਟਰ ਚਾਲਕ ਸ਼ਾਮਿਲ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ ਜਿੱਥੇ ਇਹ ਵੱਡਾ ਹਾਦਸਾ ਹੋਇਆ। ਤਾਂ ਇਹ ਪੈਦਲ ਖਾਟੂ ਸ਼ਾਮ ਦੇ ਲਈ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਹਨਾਂ ਦੇ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਹੈ, ਜਿਸ ਕਾਰਨ 2 ਦੀ ਮੌਤ ਹੋ ਗਈ ਹੈ, ਜਦਕਿ 5 ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ, ਜਦਕਿ 20 ਲੋਕਾਂ ਦੇ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਕਿ ਇਲਾਜ ਦੇ ਦੌਰਾਨ ਬਾਅਦ ਦੇ ਵਿੱਚ ਛੁੱਟੀ ਵੀ ਦੇ ਦਿੱਤੀ ਗਈ। ਤਾਂ ਪੁਲਿਸ ਦੇ ਵੱਲੋਂ ਹੁਣ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਪੋਸਟਮਾਰਟਮ ਹੁਣ ਇਹਨਾਂ ਦਾ ਕਰਵਾਇਆ ਜਾਵੇਗਾ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਟਰਾਲੀ ਮੈਂ ਨਿਕਲੇ ਸਾਰੇ ਇਕੱਠੇ ਹੋਏ ਹਾਂ ਤਾਂ ਪਲੜੀ ਮੰਡੀ ਕੇ ਪਾਸ ਜਾ ਕੇ ਪਿੱਛੇ ਸੇ ਟਰਾਲੀ ਕਾ ਟੱਕਰ ਮਾਰੀ ਟਰੱਕ ਵਾਲੇ ਨੇ। ਟਰਾਲੀ ਕਾ ਲਗਤਾ ਹੀ ਟੱਕਰ ਟਰਾਲੀ ਤੋਂ ਸਾਈਡ ਮੇਂ ਚਲੇ ਗਈ ਟਰੈਕਟਰ ਆਗਾ ਲਪੇਟ ਮੇਂ ਟਰੈਕਟਰ ਪਲਟੀ ਮਾਰੀ ਤਿੰਨ ਚਾਰ ਇਸਮੇਂ ਮੌਕੇ ਪਰ ਡਰਾਈਵਰ ਯੇ ਰਾਜੇਸ਼ ਡਰਾਈਵਰ ਥਾ ਇਸਕਾ ਲੜਕਾ ਥਾ ਇੱਕ ਮੋਟਰਸਾਈਕਲ ਕਾ ਮਿਸਤਰੀ ਹੈ ਛਤਰਪਾਲ ਇੱਕ ਉਹ ਥਾ
ਮੌਕੇ ਪਰ ਇਸ ਟਾਈਮ ਸਭੀ ਕੇ ਟੁੱਟੇ। ਮਰਨੇ ਵਾਲੇ ਕੌਣ ਕੌਣ? ਮਰਨੇ ਵਾਲਾ ਇੱਕ ਲੜਕਾ ਹੈ ਆਸੂ ਔਰ ਇੱਕ ਹੈ ਛਤਰਪਾਲ ਜੋ ਮੋਟਰਸਾਈਕਲ ਕਾ ਮਿਸਤਰੀ ਹੈ ਉਹ ਤੋਂ 35 ਸਾਲ ਦੀ ਉਮਰ ਹੈ ਔਰ ਇਹ ਲੜਕਾ ਹੈ ਜੋ ਆਸੂ ਇਹ 10ਵੀਂ ਕਲਾਸ ਮੈਂ ਪੜ੍ਹਦਾ। ਕਿੰਨੇ ਵਜੇ ਦੀ ਘਟਨਾ ਆਈ ਹੈ? ਇਹ ਕਰੀਬ 9:40 ਦੀ ਘਟਨਾ ਹੈ 9:45। ਤਕਰੀਬਨ ਕਿੰਨੇ ਲੋਕ ਥੇ? ਇਸਮੇ 30 से 40 ਆਦਮੀ ਥੇ। ਸਵੇਰੇ ਕੀ ਘਟਨਾ ਆਈ? ਇਹ ਰਾਤ ਦੀ ਘਟਨਾ। ਕੌਣ ਸੇ ਗਾਉਂ ਸੇ ਆ ਰਹੇ ਥੇ? ਗਾਉਂ ਸੇ ਰਾ ਸੇ ਆ ਰਹੇ ਥੇ। किसी बच्चे की चोट भी ज्यादा आई है? हाँ, दो एक बच्चे का दो टांगे टूटी है एक बच्चे की, उसकी वो सीरियस ज्यादा है। करनाल पहले यहाँ पानीपत से करनाल रेफर कर दिया था, करनाल वाले ने रोहतक रेफर कर। इसमें घायल कौन कौन है? घायल में इसमें मेरे ज़्यादा तो है राजेश को चोट लग रही है, घायल जो है एक वो लड़का है उसके बाप का नाम है आकाश का लड़का है, एक की बात जो और टूटी है किसका और लड़का छतरपाल का, ये जो गुजर गया छतरपाल है किसका लड़का इसकी भी बात जो टूटी है। ठीक, आपका नाम क्या जी? मैं सुरेंद्र सरपल सेरा से। ठीक है।